ਦੇਖੋ ਅੱਜ ਧੂਰੀ ਵਿਖੇ ਦੇਸ਼ ਭਗਤ ਕਾਲਜ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਜੀ ਡਿਫਰੈਂਟ ਰੇਸਿਸ ਕਰਾਈਆਂ ਨੇ 500 ਮੀਟਰ 1000 ਮੀਟਰ 800 ਮੀਟਰ ਸੋ ਬੱਚਿਆਂ ਲਈ ਬਹੁਤ ਵਧੀਆ ਜੀ ਜਿਹੜੇ ਬੱਚੇ ਨੇ ਗਲਤ ਰਸਤੇ ਤੇ ਪਏ ਹੋਏ ਨੇ ਉਹਨਾਂ ਲਈ ਬਹੁਤ ਵਧੀਆ ਇਨੀਸ਼ੀਏਟਿਵ ਹੈ ਕਿ ਖੇਡਾਂ ਚਾਂ ਸਪੋਰਟਸ ਚਾਂ ਚਾਹੇ ਕੋਈ ਵੀ ਖੇਡ ਹੋਵੇ ਬੱਚਿਆਂ ਨੂੰ ਜਿਹੜੀਆਂ ਬੇਸਿਕ ਵੈਲਿਊਜ਼ ਨੇ ਡੈਡੀਕੇਸ਼ਨ ਹੈ ਫੋਕਸ ਹੈ ਇਹੋ ਜਿਹੀਆਂ ਵੈਲਿਊ ਸਪੋਰਟਸ ਹੀ ਸਿਖਾ ਸਕਦੀ ਹੈ ਪੜ੍ਹਨਾ ਵੀ ਜ਼ਰੂਰੀ ਹੈ ਪੜ੍ਹਨਾ ਸਾਨੂੰ ਜ਼ਿੰਦਗੀ ਜੀਣਾ ਸਿਖਾ ਦਿੰਦਾ ਹੈ ਪਰ ਅਸਲੀ ਜਿਉਣਾ ਤੇ ਜ਼ਿੰਦਗੀ ਨੂੰ ਹੰਡਾਉਣਾ ਇਹ ਖੇਡਾਂ ਤੋਂ ਹੀ ਸਾਨੂੰ ਸਿੱਖਣ ਨੂੰ ਮਿਲਦਾ ਜੀ ਪੰਜਾਬ ਸਰਕਾਰ ਹੋਰ ਕੀ ਉਪਰਾਲੇ ਕਰ ਰਹੀ ਹੈ ਦੇਖੋ ਜੀ ਪਿਛਲੇ ਦਿਨਾਂ 'ਚ ਪੰਜਾਬ ਸਰਕਾਰ ਨੇ ਖੇਡਾਂ ਵਤਨ ਪੰਜਾਬ ਦੀਆਂ ਦਾ ਆਯੋਜਨ ਕਰਾਇਆ ਉਹਦੇ 'ਚ ਵੀ ਬਹੁਤ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਐਂਡ ਆਪਣੇ ਇੰਡੀਆ ਲੈਵਲ ਤੇ ਵੀ ਇੰਟਰਨੈਸ਼ਨਲ ਲੈਵਲਸ ਤੇ ਵੀ ਉਹ ਖੇਡ ਰਹੇ ਨੇ ਅੱਗੋਂ ਵੀ ਇਹ ਕੰਮ ਚੱਲਦਾ ਰਹੇਗਾ ਜੀ ਹਰ ਸਾਲ ਇਹ ਖੇਡਾਂ ਹੋਣਗੀਆਂ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਹੌਸਲਾ ਅਫਜ਼ਾਈ ਵੀ ਕੀਤੀ ਜਾਏਗੀ ਤੇ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਪ੍ਰੋਵਾਈਡ ਕਰਾਉਣ ਵਾਲੀਆਂ ਨੇ ਉਹ ਵੀ ਕਰਾਈਆਂ ਜਾਣਗੀਆਂ ਅੱਜ ਕ੍ਰੋਸ ਕੰਟਰੀ ਜਿਹੜੀ ਖੇਡਾਂ ਉਸ ਤੋਂ ਇਲਾਵਾ ਵੀ ਹੋਰ ਜਿਹੜੇ ਇਵੈਂਟ ਬੜਵਾਲ ਕਾਲਜ ਦੇ ਵਿੱਚ ਕਰਾਏ ਗਏ ਆ ਕਈ ਇਲਾਕੇ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਇੱਕ ਤਾਂ ਜੋਸ਼ ਉਹਨਾਂ 'ਚ ਆਵੇ ਕਿ ਜਿਹੜੀ ਖੇਡ ਭਾਵਨਾ ਨਾਲ ਖੇਡਾਂ ਖੇਡਣ ਉਹ ਉਸ ਤੋਂ ਇਲਾਵਾ ਉਹਨਾਂ ਨੂੰ ਇੱਕ ਮੋਟੀਵੇਸ਼ਨ ਮਿਲੇ ਕਿ ਜਿਹੜਾ ਆਪਣਾ ਭਵਿੱਖ ਹੈ ਜਿਹੜਾ ਉਜਵਲ ਬਣਾਉਣ ਦੇ ਲਈ ਤਾਂ ਇਹ ਇਵੈਂਟ ਕਰਵਾਏ ਗਏ ਅੱਗੇ ਵੀ ਇਹ ਇਵੈਂਟ ਕਰਵਾਏ ਜਾਣਗੇ ਮੈਂ ਬਹੁਤ ਧੰਨਵਾਦ ਕਰਦਾ ਬੜਵਾਲ ਕਾਲਜ ਦਾ ਅਤੇ ਜਿਹੜੀ ਸਮੂਹ ਲੀਡਰਸ਼ਿਪ ਹੈ ਇੱਥੇ ਜਿਨ੍ਹਾਂ ਨੇ ਇਹ ਬਹੁਤ ਵਧੀਆ ਇਨੀਸ਼ੀਏਟਿਵ ਲਿਆ ਹੈਗਾ ਔਰ ਪ੍ਰਸ਼ਾਸਨ ਵੱਲੋਂ ਪੂਰੀ ਸਹਿਯੋਗ ਅੱਗੇ ਵੀ ਕੀਤਾ ਜਾਵੇਗਾ ਜਦੋਂ ਵੀ ਇਹ ਪ੍ਰੋਗਰਾਮ ਕੀਤੇ ਜਾਣ ਥੈਂਕ ਯੂ ਅੱਜ ਸਾਡੇ ਸਾਥੀਆਂ ਨੇ ਰਲ ਕੇ ਅਸੀਂ ਜਿਹੜਾ ਅੱਜ ਕ੍ਰੋਸ ਕੰਟਰੀ ਬੱਚੇ ਬੱਚੀਆਂ ਦੀ ਕਰਾਈ ਹੈ 800 ਮੀਟਰ ਦੀਆਂ ਦੌੜਾਂ ਕਰਾਈਆਂ ਨੇ ਇਹ ਇੱਕ ਮੈਂ ਕਹਿੰਦਾ ਬਹੁਤ ਵਧੀਆ ਉਪਰਾਲਾ ਹੈ ਸਾਨੂੰ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਕਰਨੇ ਚਾਹੀਦੇ ਨੇ ਔਰ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਕਿ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਧੂਰੀ ਤੋਂ ਆਉਣ ਵਾਲੇ ਸਮੇਂ 'ਚ ਵੱਡੀ ਪੱਧਰ 'ਤੇ ਅਸੀਂ ਇੱਥੇ ਖੇਡਾਂ ਵੱਲ ਧਿਆਨ ਦੇ ਕੇ ਹੋਰ ਵੀ ਵੱਡੇ ਪੱਧਰ 'ਤੇ ਖੇਡਾਂ ਕਰਾਵਾਂਗੇ ਔਰ ਜਿਹੜੇ ਅੱਜ ਬੱਚੇ ਸਾਡੇ ਪੁਰਾਣੇ ਸਮੇਂ 'ਚ ਜਾਂ ਸਰਕਾਰਾਂ ਨੇ ਨਲਾਇਕੀ ਕਰਕੇ ਨਸ਼ਿਆਂ ਦੀ ਦਲਦਲ 'ਚ ਫਸੇ ਸੀ ਉਹਨਾਂ ਨੂੰ ਇੱਕੋ ਇੱਕ ਉਪਰਾਲਾ ਕਿ ਅਸੀਂ ਖੇਡਾਂ ਨਾਲ ਜੋੜ ਕੇ ਬੱਚਿਆਂ ਨੂੰ ਉਹ ਨਸ਼ਿਆਂ ਦੀ ਦਲਦਲ 'ਚੋਂ ਕੱਢੀਏ ਔਰ ਉਹ ਜਿਹੜਾ ਪੁਰਾਣਾ ਪੰਜਾਬ ਆ ਜਿਹੜਾ ਜਵਾਨੀ ਅਤੇ ਕਿਸਾਨੀ ਦੇ ਨਾਲ ਜਾਣਿਆ ਜਾਂਦਾ ਸੀ ਉਹ ਪੰਜਾਬ ਬਣਾਉਣ ਦਾ ਉਪਰਾਲਾ ਸਾਡੀ ਮਾਨ ਸਰਕਾਰ ਦਾ ਨੌਜਵਾਨਾਂ ਨੂੰ ਕਿਹੜਾ ਮੈਂ ਨੌਜਵਾਨਾਂ ਨੂੰ ਕਹਿੰਦਾ ਕਿ ਅੱਜ ਤੁਸੀਂ ਦੇਖੋ ਜਿਹੜੇ ਬੱਚੇ ਜਿੱਤ ਕੇ ਗਏ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਅਤੇ ਜਿਹੜੇ ਬੱਚਿਆਂ ਦੀ ਪਿੱਛੇ ਨਹੀਂ ਆਈ ਉਹਨਾਂ ਨੂੰ ਬੇਨਤੀ ਕਰਕੇ ਮਿਹਨਤ ਕਰੋ ਤਕੜੇ ਹੋਵੋ ਅਤੇ ਆਉਣ ਵਾਲੇ ਸਮੇਂ 'ਚ ਤੁਸੀਂ ਪਿੱਛਣਾ ਹੱਥ ਨਾਲ ਬੇਨਤੀ ਕਰਦਾ ਕਿ ਬੱਚਿਆਂ ਨੂੰ ਬੇਨਤੀ ਹੈ ਕਿ ਨਸ਼ਿਆਂ ਤੋਂ ਬਚਣ ਲਈ ਮੈਂ ਨੌਜਵਾਨਾਂ ਨੂੰ ਉਪਰਾਲਾ ਕਰ ਬੇਨਤੀ ਕਰਦਾ ਕਿ ਆਪਾਂ ਨਸ਼ਿਆਂ ਤੋਂ ਬਚਣ ਲਈ ਖੇਡਾਂ ਨਾਲ ਜੁੜੀਏ ਔਰ ਜਿਹੜਾ ਵੱਡੀਆਂ ਮੱਲਾਂ ਮਾਰ ਕੇ ਪੰਜਾਬ ਦਾ ਸਰਕਾਰ ਦਾ ਨਾਂ ਰੋਸ਼ਨ ਕਰੀਏ ਅਸੀਂ ਅੱਜ ਮੰਗਾਂ ਰੱਖੀਆਂ ਨੇ ਸਟੇਡੀਅਮ ਦੀਆਂ ਇੱਥੇ ਸਿੰਥੈਟਿਕ ਸਟੇਡੀਅਮ ਬਣਾਉਣ ਦੀ ਕੋਸ਼ਿਸ਼ ਕਰਾਂਗੇ ਬਣਾਵਾਂਗੇ ਵੀ ਤਾਂ ਕਿ ਖੇਡਣ ਲਈ ਬੱਚਿਆਂ ਨੂੰ ਗਰਾਊਂਡ ਦੀ ਸਭ ਤੋਂ ਵੱਧ ਲੋੜ ਹੈ ਅੱਜ ਜਿਹੜੀ ਧੂਰੀ ਹਲਕੇ ਦੇ ਵਿੱਚ ਬਾੜਵਾਲ ਵਿਖੇ ਕ੍ਰੋਸ ਅਥਲੈਟਿਕ ਮੀਟ ਕਰਾਈ ਗਈ ਆ ਇਹਦੇ ਲਈ ਸਾਡੇ ਮੁੱਖ ਮਹਿਮਾਨ ਸਾਡੀ ਭੈਣ ਡਾਕਟਰ ਗੁਰਪ੍ਰੀਤ ਕੌਰ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ ਜਿਨ੍ਹਾਂ ਨੇ ਬੱਚਿਆਂ ਦਾ ਮਾਨ ਸਨਮਾਨ ਕਰਿਆ ਔਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਘੁੱਲੀ ਜੀ ਜਿਹੜੇ ਹਮੇਸ਼ਾ ਉਪਰਾਲਾ ਕਰਦੇ ਰਹਿੰਦੇ ਆ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਬਚਾਉਣ ਦੇ ਲਈ ਮਾਨ ਸਾਹਿਬ ਦਾ ਸੁਪਨਾ ਸੀਗਾ ਖੇਡਾਂ ਵਤਨ ਪੰਜਾਬ ਦੀਆਂ ਕਰਾਈਆਂ ਉਹਦੇ ਵਿੱਚੋਂ ਸੱਥਾਂ ਦੇ ਵਿੱਚੋਂ ਅਸੀਂ ਖਿਡਾਰੀ ਕੱਢਣਾ ਚਾਹੁੰਦੇ ਹਾਂ ਜਿਹੜੇ ਨਿੱਕੇ ਨਿੱਕੇ ਟਰੈਕ ਸੀਗੇ ਉਹਨਾਂ 'ਚੋਂ ਸਾਡੇ ਬੱਚੇ ਟ੍ਰਿਪਲ ਜੰਪ ਲਾਉਂਦੇ ਸੀ ਪੋਲ ਵਲਟ ਲਾਉਂਦੇ ਸੀਗੇ ਜਾਂ ਕੋਈ ਗੋਲਾ ਸਿੱਟਦੇ ਸੀਗੇ ਉਹਨਾਂ ਬੱਚਿਆਂ ਨੂੰ ਨੈਸ਼ਨਲ ਪੱਧਰ ਦੇ ਖਿਡਾਰੀ ਬਣਾ ਕੇ ਹਿੰਦੁਸਤਾਨ ਦਾ ਜਿੱਥੇ ਨਾਂ ਉੱਚਾ ਕਰਾਂਗੇ ਉੱਥੇ ਪੰਜਾਬ ਸਟੇਟ ਆ ਜਿਹੜੀ ਇਹਨੂੰ ਨੰਬਰ 1 ਲੈ ਕੇ ਆਵਾਂਗੇ ਇਹ ਮਾਨ ਸਾਹਿਬ ਦਾ ਸੁਪਨਾ ਅੱਜ ਇੱਥੇ ਸ਼ੁਰੂ ਕੀਤਾ ਬਾੜਵਾਲ ਵਿਖੇ ਔਰ ਇਹ ਪੰਜਾਬ ਪੱਧਰ 'ਤੇ ਜਾਊਗਾ ਇਹਦਾ ਸਿਹਰਾ ਜਿਹੜਾ ਜਿੱਥੇ ਸਾਡੇ ਘੁੱਲੀ ਸਾਹਿਬ ਮਾਰਕੀਟ ਕਮੇਟੀ ਦੇ ਚੇਅਰਮੈਨ ਲੱਗੇ ਨੇ ਪਾਰਟੀ ਦਾ ਕੰਮ ਕਰ ਰਹੇ ਨੇ ਉੱਥੇ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ ਖੁਦ ਆਪ ਖਿਡਾਰੀ ਨੇ ਆਪ ਇਹ ਬੱਚਿਆਂ ਨੂੰ ਪ੍ਰੇਰਿਤ ਕਰਕੇ ਨਸ਼ਿਆਂ ਤੋਂ ਬਚਾਉਣ ਲਈ ਸਾਰੇ ਆਪਾਂ ਯਤਨ ਕਰ ਰਹੇ ਹਾਂ ਉਹਦੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਨੂੰ ਪੰਜਾਬ ਬਣਾਉਣ ਲਈ ਹਰ ਇੱਕ ਬੰਦਾ ਆਪੋ ਆਪਣਾ ਯੋਗਦਾਨ ਪਾਉਣਾ ਚਾਹੁੰਦਾ